ਕੋਟੀ ਵਾਜੀ ਜਿਹੜੀ ਖੇਡ ਹੁੰਦੀ ਤੇ ਪੈਰਲਰ ਤੇ ਆ ਜਾਂਦੇ ਆ ਸਾਧ ਗੱਭਰੂ ਦੀ ਰੇਡ ਹੁੰਦੀ ਵਿੱਚ ਬੜਾ ਦੇ ਪਹਿ ਪਟਾਕੇ ਕੰਨ ਗੂੰਜਦੇ ਰਾਖੜਿਆਂ ਨਾਲ ਕੈਰਮ ਬੋਰਡ ਖੇਡਦੇ ਜੇ ਕੇ ਮਾਰ ਸੰਦੀਪ ਗਾਕੇ ਵਾਲਾ ਮੁੰਡਾ ਕਹਿੰਦੇ ਮਲੇਸ਼ੀਆ ਦੇ ਵਿੱਚ ਵੀ ਬੱਲੇ ਬੱਲੇ ਕਰਵਾ ਕੇ ਆਇਆ ਲਹਿਰੇ ਦਾ ਏਰੀਆ ਔਰ ਗਾਗਾ ਮਸ਼ਹੂਰ ਨਗਰ ਹੈ ਕੁਲਦੀਪ ਸਿੱਧੂ ਦੇ ਨਾਲ ਪਿਆਰ ਆ ਔਰ ਕਹਿੰਦੇ ਮੁੰਡਾ ਅਰਜਨ ਦੇ ਤੀਰ ਪੱਟਦੇ ਮੁੰਡਾ ਪਾਉਣਾ ਇੱਕ ਕਬੱਡੀ ਥਾਪੀ ਮਾਰ ਪੱਟਦੇ ਟਕਰਾਏ ਵਾਲੇ ਗੱਭਰੂ ਨੇ ਰੇਡ ਪਾ ਦਿੱਤੀ ਹੈ ਅੱਗੇ ਤੰਡੋਰੀ ਵਾਲੇ ਚਾਰ ਨੇ ਚਾਰੇ ਪਿਆਰ ਨੇ ਦੇਖੋ ਦੁਸ਼ਮਣਾਂ ਨੇ ਵੀ ਮੱਲਮ ਪੱਟੀਆਂ ਕਰਕੇ ਪੈਰ ਮੁਕਾਬਾ ਸੀ ਸੈਟਾ ਲੋਟ ਕਰਾ ਦੀ ਭਾ ਮੇਰਿਆ ਵੀ ਕਿਹੜੇ ਪਾਸੇ ਮੇਰਾ ਪਰਸੇਲ ਸਿੰਘ ਜੀ ਸਤਾਲ ਅੰਤਰਰਾਸ਼ਟਰੀ ਰੈਫਰੀ ਨੇ ਸਾਡੇ ਕੇਸਰ ਸਿੰਘ ਜੀ ਚਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋ ਵਾਰ ਖੰਡੇ ਨਾਲ ਚਾਰ ਹੀ ਤਰੀਕੇ ਨਾਲ ਕੰਮ ਕਰੇ ਬੰਦਾ ਪਿਆਰ ਨਾਲ ਸ਼ਾਂਤ ਨਾਲ ਲਾਲਚ ਜਾਂ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਮੇਰੀ ਬੇਨਤੀ ਹੈ ਜੀ ਬੱਬੂ ਜੀ ਇਤਰਾਜ਼ ਹੈ ਜੀ ਬੱਬੂ ਜੀ ਦੇ ਭਰਾਵਾਂ ਜੀ ਹਾਂਜੀ ਨੋਟ ਕਰਿਆ ਸਾਰੇ ਬਾਹਰ ਨੇ ਖੜ੍ਹ ਰਹੇ ਨੇ ਇਹ ਪ੍ਰਬੰਧਕ ਵੀਰਾਂ ਨੇ ਫੈਸਲਾ ਕਰਨਾ ਜੀ ਅਸੀਂ ਅਨਾਊਂਸਮੈਂਟ ਕਰ ਸਕਦੇ ਹਾਂ ਅੱਜ ਤੇ ਉਧਮ ਸਿੰਘ ਕਲੱਬ ਚੱਠਾ ਜੀ ਔਰ ਢੰਡੋਰੀ ਵਾਲਾ ਕਬੱਡੀ ਦੇ ਖਿਡਾਰੀਆਂ ਦੀ ਧਰਤੀ ਔਰ ਕਬੱਡੀ ਦੇ ਖਿਡਾਰੀਆਂ ਦੀ ਧਰਤੀ ਨਾਭਾ ਬਲਾਕ ਦੇ ਪਿੰਡ ਰਾਇਮਲ ਮਾਜਰੀ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਕਬੱਡੀ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਬੀਜੇਪੀ ਤੇ ਵਾਰ ਕਰਦਿਆਂ ਕਿਹਾ ਕਿ ਬੀਜੇਪੀ ਸਰਕਾਰ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਬੇਵਜ੍ਹਾ ਤੰਗ ਕਰ ਰਹੀ ਹੈ ਅਤੇ ਨਾ ਹੀ ਕੁਝ ਪਹਿਲਾਂ ਆਪ ਪਾਰਟੀ ਦੇ ਆਗੂਆਂ ਵਿੱਚ ਲੱਭਿਆ ਅਤੇ ਨਾ ਹੀ ਹੁਣ ਲੱਭਦਾ ਬੀਜੇਪੀ ਧੱਕੇ ਨਾਲ ਆਪ ਦੇ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕਣਾ ਚਾਹੁੰਦੀ ਹੈ ਜੋੜੇ ਮਾਜਰਾ ਨੇ ਕਿਹਾ ਹੈ ਕਿ ਜੋ ਗੁਜਰਾਤ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਜਿਹੜੇ ਲੋਕ ਉੱਥੇ ਮਰੇ ਹਨ ਜੇਕਰ ਉਸਦੀ ਜਾਂਚ ਹੁੰਦੀ ਤਾਂ ਬਹੁਤ ਵਧੀਆ ਸੀ ਸਭ ਤੋਂ ਪਹਿਲਾਂ ਮੈਂ ਰਾਇਮਲ ਮਾਜਰੀ ਪਿੰਡ ਦੇ ਸਾਰੇ ਜਿਹੜੇ ਸੱਜਣ ਆ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਪ੍ਰਬੰਧਕ ਕਮੇਟੀ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਸਾਰੀ ਪੰਚਾਇਤ ਨੂੰ ਸਾਰੇ ਨਗਰ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਜਿਹੜਾ ਬਹੁਤ ਸੋਹਣਾ ਜਿਹੜਾ ਕਬੱਡੀ ਦਾ ਟੂਰਨਾਮੈਂਟ ਹੈ ਉਹ ਇਸ ਨਗਰ ਵਿਖੇ ਕਰਵਾਇਆ ਗਿਆ ਔਰ ਖੇਡਾਂ ਨੇ ਜਿਹੜੀਆਂ ਉਹ ਸਾਡੇ ਨੌਜਵਾਨਾਂ ਨੂੰ ਜਿੱਥੇ ਸਰੀਰਕ ਪੱਖੋਂ ਮਜ਼ਬੂਤ ਬਣਾਉਂਦੀਆਂ ਨੇ ਉੱਥੇ ਸਾਡੇ ਸਮਾਜ ਨੂੰ ਵੀ ਜਿਹੜਾ ਨਰੋਆ ਬਣਾਉਂਦੀਆਂ ਸੋ ਇਸ ਕਰਕੇ ਖੇਡਾਂ ਜਿਹੜੀਆਂ ਸਾਡੇ ਵਾਸਤੇ ਵੀ ਜ਼ਰੂਰੀ ਨੇ ਸਮਾਜ ਵਾਸਤੇ ਵੀ ਜ਼ਰੂਰ ਸੋ ਇਸ ਉਸੇ ਦਾ ਹਿੱਸਾ ਹੈ ਕਿ ਸਾਡੀ ਸਰਕਾਰ ਜਿਹੜੀ ਤੁਹਾਡੀ ਆਪਣੀ ਸਾਰਿਆਂ ਦੀ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਜੀ ਮਾਨ ਹੋਰਾਂ ਦੀ ਸਰਕਾਰ ਹੈ ਉਹ ਵੀ ਆਉਣ ਵਾਲੀ 29 ਤਰੀਕ ਤੋਂ ਜਿਹੜਾ ਖੇਡਾਂ ਦਾ ਜਿਹੜਾ ਹੈਗਾ ਆਯੋਜਨ ਜਿਹੜਾ ਪੰਜਾਬ ਦੇ ਵਿੱਚ ਕਰਨ ਜਾ ਰਹੇ ਨੇ ਸੋ ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਜਿਹੜੇ ਨਸ਼ਿਆਂ ਦੀਆਂ ਅਲਾਮਤਾਂ ਨੇ ਉਹਨਾਂ ਤੋਂ ਦੂਰ ਰਹਿ ਕੇ ਆਪਣੇ ਸਰੀਰ ਦੀ ਜਿਹੜੀ ਦੇਖਭਾਲ ਹੈ ਉਹ ਚੰਗੀਆਂ ਖੇਡਾਂ ਖੇਡ ਕੇ ਕਰਨ ਦੇਖੋ ਅਸੀਂ ਰਾਜਨੀਤੀ ਕਰਨੀ ਰਾਜਨੀਤੀ ਬਦਲਣਾ ਆ ਚੰਗੀ ਦੇਖੋ ਬਾਹਰਲੇ ਵਿਦੇਸ਼ਾਂ 'ਚ ਵੀ ਜਿਹੜਾ ਇਸ ਚੰਗੇ ਸਕੂਲਾਂ ਦੇ ਜਿਹੜੇ ਪੇਪਰਾਂ ਦੇ ਵਿੱਚ ਛਪਿਆ ਪਰ ਫਿਰ ਵੀ ਕੇਂਦਰ ਸਰਕਾਰ ਪਤਾ ਨਹੀਂ ਕਿਉਂ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਸਾਹਿਬਾਨ ਨੇ ਉਹਨਾਂ ਦੇ ਮਗਰ ਪਏ ਹੋਏ ਆ ਉਹਨਾਂ ਨੂੰ ਫੜ ਕੇ ਜਿਹੜਾ ਸੁੱਟਣਾ ਚਾਹੁੰਦੇ ਨੇ ਪਰ ਨਾ ਪਹਿਲਾਂ ਕੁਛ ਲੱਭਿਆ ਨਾ ਕੁਛ ਹੁਣ ਲੱਭਣਾ ਸਗੋਂ ਇਹਦੇ ਨਾਲ ਚੰਗਾ ਹੁੰਦਾ ਜਿਹੜੀ ਗੁਜਰਾਤ ਦੇ ਵਿੱਚ ਜਿਹੜੀ ਜ਼ਹਿਰੀਲੀ ਸ਼ਰਾਬ ਪੀ ਕੇ ਲੋਕ ਮਰੇ ਨੇ ਉੱਥੇ ਜੇ ਕਿਤੇ ਛਾਪਾ ਮਾਰਦੇ ਤਾਂ ਉਹ ਜ਼ਿਆਦਾ ਵਧੀਆ ਹੁੰਦਾ
ਸਾਨੂੰ ਇੱਦਾਂ ਦਾ ਕੁਛ ਕਹਿਣ ਦੀ ਲੋੜ ਨਹੀਂ, ਅਸੀਂ ਤਾਂ ਕਰਕੇ ਦਿਖਾਵਾਂਗੇ। ਜੇ ਲੋਕਾਂ ਨੂੰ ਚੰਗਾ ਲੱਗੂਗਾ ਤਾਂ ਜ਼ਰੂਰ ਸਾਨੂੰ ਦੁਬਾਰੇ ਮੌਕਾ ਦੇਣਗੇ, ਬਾਰ ਬਾਰ ਮੌਕਾ ਦੇਣਗੇ। ਸਰ ਉਹ ਡਾਕਟਰ ਨੇ ਅਸਤੀਫਾ ਨਹੀਂ ਦਿੱਤਾ, ਐਕਚੁਅਲ 'ਚ ਉਹਨਾਂ ਨੇ ਐੱਮ ਡੀ ਦੇ ਵਿੱਚ ਐਡਮਿਸ਼ਨ ਲਈ ਆ, ਸੋ ਇਸ ਕਰਕੇ ਉਹਨਾਂ ਨੇ ਜਿਹੜਾ ਹੈਗਾ ਆਪਣਾ ਜੋਬ ਛੱਡਿਆ। ਪਰ ਉਹਦਾ ਅਲਟਰਨੇਟਿਵ ਆਲਰੇਡੀ ਪਹਿਲੇ ਤਿਆਰ ਸੀਗਾ, ਉੱਥੇ ਡਾਕਟਰ ਆਲਰੇਡੀ ਰੱਖਿਆ ਜਾ ਚੁੱਕਾ ਸੀਗਾ। ਇਹ ਕਈ ਅਫਵਾਹਾਂ ਨੇ ਜਿਹੜੇ ਡਾਂਦੇ ਨੇ, ਪਰ ਐਸਾ ਕੁਛ ਨਹੀਂ ਹੈ। ਉਹ ਜਿਹੜਾ ਡਾਕਟਰ ਐੱਮ ਬੀ ਬੀ ਐੱਸ ਕਰ ਰਹੇ ਸੀ, ਉਹਨਾਂ ਨੇ ਅੱਗੇ ਐੱਮ ਡੀ ਦੇ ਵਿੱਚ ਐਡਮਿਸ਼ਨ ਲਈ।